थन मनारत सुपन आनंद उलास मिथन मनारत सुपन आनंद उलास मनमुख सत कहे मनमुख सत कहे पदार्थ संगे बाबा रे
जावर सोए रहे मोह कुटुंब बिखे रस माते मिथे अगन गहे बावल सोए रहे मिथन मनोहर मिथन मनोरथ सुपन आनंद उलास मन मुख सत कहे मन मुख सत कहे अमृत नाम पदार्थ संगे तिल मर्म न लहे बावर सोए रहे क्यों तू सोया क्यों तू सोया जाग आना ते जीवन जग सच कर जाना मनमुख सत कहे जीवन जग सत कर जाना बावर सोए रहे मसला रात वाला अग्गे लेके तुरना चाहना रात गुरु तेग बहादुर पातशाह जी की बाणी का शब्द सी जिस दा मुख सब्जेक्ट आपा विचारिया उसी लफज सुपन सुपना लफज सन रे नारे साची जीधार सगल जगत है जैसे सुपना मैं तेनु सच्ची गल समझाना चाहना गुरु तेग बहादुर पातशाह उस हिस्से विच टिका लाए विश्वास कर लाए कि संसार सुपना है सगल जगत है जैसे सुपना ते सुपने दी जेड़ी हालत सी ओ आपां रात सांझी कीती कि मनुख दी सुपने विच की हालत हुंदी है सब कुछ देखदा है पर करदा कुछ नहीं ते विचार सन दो तरह दे सुपने ने एक जेड़ा नींद विच आउंदा है उन्दे विच कुछ भी नहीं करना पैंदा ओ अपने वास नहीं हुंदा किवें आया चंगा आया मंदा आया कदों टुट गया अपने वास कुछ नहीं कर्म नाल संबंधित नहीं हुंदा उन्दे लई कुछ भी कर्म करना नहीं पैंदा ते दूजा सुपना सी जागदे हां जेड़ा असी लैने आ बनावांगे ओ करांगे इस तरह होवेगा ओ सुपना साकार हो सकता है ओ साडे हाथ विच हुंदा है ओ चित्व दे भी असी आप हां ते ओ साडे वास हाथ भी हुंदा है पर उन्दे लई कुछ करना पैंदा है मैं पुत्तर नूं इंजीनियर बनावांगा किसे कॉलेज भेजना पैगा ना
ਮੇਰੇ ਬਣਾਵਾਂਗਾ, ਸੋਚਣ ਨਾਲ ਤਾਂ ਨਹੀਂ ਬਣ ਜਾਣਾ। ਮੇਰੇ ਕੋਲ ਇੰਨੀ ਦੌਲਤ ਆਏਗੀ, ਉਸ ਆਉਣ ਲਈ ਕੁਛ ਕਰਨਾ ਪਏਗਾ ਨਾ, ਆਪੇ ਤਾਂ ਨਹੀਂ ਆ ਜਾਣੀ। ਇਸ ਲਈ ਜਿਹੜੇ ਜਿਹੜੇ ਸੁਪਨੇ ਜਾਗਦਿਆਂ ਲੈਂਦੇ ਹਾਂ, ਉਹਦੇ ਨਾਲ ਕਰਮ ਸੰਬੰਧਿਤ ਹੋ ਜਾਂਦਾ, ਕੁਛ ਕਰਨਾ ਪੈਂਦਾ। ਜਿਹੜੇ ਸੁਪਨੇ ਆਪੇ ਆਉਂਦੇ ਨੇ, ਉਹਦੇ ਲਈ ਕੁਛ ਨਹੀਂ ਕਰਨਾ ਪੈਂਦਾ, ਉਹ ਆਪੇ ਆਉਂਦੇ ਨੇ, ਆਪੇ ਟੁੱਟ ਜਾਂਦੇ। ਰਾਤ ਇੱਥੇ ਤੱਕ ਸੀ। ਹੁਣ ਮੈਂ ਅੱਗੇ ਤੁਰਨਾ ਚਾਹੁੰਦਾ, ਸੁਪਨੇ ਆਉਂਦੇ ਹੀ ਕਿਉਂ ਨੇ, ਕਿਉਂ ਆਉਂਦੇ ਨੇ, ਕਿਵੇਂ ਆਉਂਦੇ ਨੇ? ਉਹਨਾਂ ਦੇ ਆਉਣ ਦਾ ਵੀ ਤਾਂ ਕੋਈ ਸਾਧਨ ਹੋ, ਕੁਛ ਸਾਰਿਆਂ ਨੂੰ ਤਾਂ ਆਉਂਦਾ ਹੀ ਨਹੀਂ। ਆਪਾਂ ਰੋਜ਼ ਸੁਣਦੇ ਹਾਂ, ਕੋਈ ਜ਼ਰੂਰੀ ਹੈ ਵੀ ਸੁਪਨਾ ਆਉਣਾ? ਉਹ ਵੀ ਲੋਕ ਨੇ ਜਿਨ੍ਹਾਂ ਨੂੰ ਸੁਪਨਾ ਕੋਈ ਨਹੀਂ ਆਉਂਦਾ, ਸਾਰੀ ਰਾਤ ਐਵੇਂ ਬੀਤ ਜਾਂਦੀ ਹੈ। ਅਤੇ ਆਉਂਦੇ ਨੇ ਅਤੇ ਕਿਉਂ ਆਉਂਦੇ ਨੇ, ਕਿਸ ਰਾ ਕੀ ਕਾਰਨ ਨੇ? ਉਹਨਾਂ ਦੇ ਆਉਣ ਦੇ ਵੀ ਤਾਂ ਕੋਈ ਸਾਧਨ ਹੋਣਗੇ। ਲੋ, ਆਪਾਂ ਗੁਰਬਾਣੀ ਕੋਲੋਂ ਅੱਜ ਇਹ ਪੁੱਛਣਾ। ਇੱਕ ਖਿਆਲ ਕਰਿਓ, ਸੁਪਨੇ ਹਮੇਸ਼ਾ ਨੀਂਦ ਵਿੱਚ ਆਉਂਦੇ ਨੇ, ਸੁੱਤਿਆਂ ਆਉਂਦੇ ਨੇ, ਜਾਗਦਿਆਂ ਨਹੀਂ ਆਉਂਦੇ। ਉਹ ਨੀਂਦ ਵੀ ਇੱਕ ਜਿਹੜੀ ਅਸੀਂ ਰੋਜ਼ਾਨਾ ਲੈਂਦੇ ਹਾਂ, ਉਹਦੇ ਵਿੱਚ ਸੁਪਨੇ ਆਉਂਦੇ ਨੇ, ਉਹ ਸਾਡੇ ਵੱਸ ਨਹੀਂ ਹੁੰਦੇ। ਪਰ ਆਉਂਦੇ ਨੀਂਦ ਵਿੱਚ ਨੇ, ਇੱਕ ਅਗਿਆਨਤਾ ਵੀ ਨੀਂਦ ਹੈ, ਗੁਰਬਾਣੀ ਨੇ ਆਖ ਦਿੱਤਾ। ਅਗਿਆਨਤਾ ਵਿੱਚ ਵੀ ਸੁਪਨੇ ਆਉਂਦੇ ਨੇ, ਉਹ ਅਸੀਂ ਜਾਗਦਿਆਂ ਲੈਂਦੇ ਹਾਂ। ਦੋਵਾਂ ਸੁਪਨਿਆਂ ਵਿੱਚ ਫਰਕ ਹੈ, ਪਰ ਆਉਂਦੇ ਦੋਨੋਂ ਨੀਂਦ ਵਿੱਚ ਨੇ। ਉਹ ਸੰਸਾਰਿਕ ਨੀਂਦ ਜਿਹੜੀ ਅਸੀਂ ਲੈਂਦੇ ਹਾਂ, ਉਹਦੇ ਵਿੱਚ ਆਉਂਦਾ, ਉਹਦੇ ਤੋਂ ਬਿਨਾਂ ਨਹੀਂ ਆਉਂਦਾ। ਜਦੋਂ ਉਹ ਅੱਖ ਖੁੱਲ ਜਾਂਦੀ ਹੈ, ਉਦੋਂ ਸੁਪਨਾ ਟੁੱਟ ਜਾਂਦਾ। ਰਾਤ ਵੀ ਗੁਰਬਾਣੀ ਦੀਆਂ ਦੋ ਲਾਈਨਾਂ ਆਈਆਂ ਸਨ, ਚੰਗਾ ਜਾਂ ਮੰਦਾ ਜੋ ਸੁਪਨੇ ਹੋਏ ਵੈਸਤ ਰਾਜਾ, ਨੇਤਰ ਪਸਾਰੇ ਤਾਂ ਨਰਾਰਿਤ ਕਾਜਾ। ਉਹ ਕਿਉਂਕਿ ਉਹਨੇ ਆਪ ਨਹੀਂ ਸੁਪਨਾ ਲਿਆ, ਸੁਪਨਾ ਆਪੇ ਬਣਿਆ ਹੈ, ਉਹ ਰਾਜਾ ਬਣ ਗਿਆ ਹੈ, ਅਤੇ ਅੱਖਾਂ ਖੁੱਲਦੀਆਂ ਹੀ ਟੁੱਟ ਗਿਆ। ਉਹ ਆਪਣਾ ਰਾਜ ਪਾਕ ਛੱਡਣਾ ਨਹੀਂ ਸੀ ਚਾਹੁੰਦਾ, ਸੁਪਨੇ ਵਿੱਚ ਵੀ ਨਹੀਂ ਛੱਡਣਾ ਚਾਹੁੰਦਾ ਸੀ, ਪਰ ਉਹਦੇ ਵੱਸ ਨਹੀਂ, ਕਿਉਂਕਿ ਉਹਨੇ ਸੁਪਨਾ ਆਪੇ ਨਹੀਂ ਲਿਆ, ਇਸ ਲਈ ਟੁੱਟਿਆ ਵੀ ਆਪੇ ਨਹੀਂ। ਜੇ ਸੁਪਨਾ ਹੋਏ ਬੈਠਸਥ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਅਤੇ ਮਾੜਾ ਸੁਪਨਾ ਵੀ ਰਾਤ ਲਾਈਨ ਆਈ ਸੀ, ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਇੱਕ ਬਾਦਸ਼ਾਹ ਸੁਪਨੇ ਵਿੱਚ ਭਿਖਾਰੀ ਹੋ ਗਿਆ, ਉੱਧਰੋਂ ਭਿਖਾਰੀ ਰਾਜਾ ਹੋ ਰਿਹਾ, ਇੱਧਰੋਂ ਰਾਜਾ ਭਿਖਾਰੀ ਹੋ ਰਿਹਾ, ਪਰ ਦੋਨੋਂ ਸੁਪਨੇ ਉਹਨਾਂ ਦੇ ਵੱਸ ਵਿੱਚ ਨਹੀਂ, ਕਿਉਂਕਿ ਸੁਪਨੇ ਨੀਂਦ ਵਿੱਚ ਲੈ ਨੇ। ਜਦੋਂ ਨੀਂਦ ਖੁੱਲ੍ਹੇਗੀ, ਸੁਪਨੇ ਟੁੱਟਣਗੇ। ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਭਾਇਆ ਭਗਾਰੀ, ਪਰ ਅਛਤ ਰਾਜ ਵਿਛੜਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਲਓ, ਹੁਣ ਮਸਲਾ ਆ ਗਿਆ ਕਿ ਸੁਪਨਾ ਹਮੇਸ਼ਾ ਨੀਂਦ ਵਿੱਚ ਆਉਂਦਾ, ਅਤੇ ਨੀਂਦ ਨੂੰ ਅੰਧੇਰਾ ਚਾਹੀਦਾ। ਲਓ, ਇਹ ਤਿੰਨਾਂ ਚੀਜ਼ਾਂ ਦਾ ਰਿਸ਼ਤਾ ਹੈ, ਸਮਝਣਾ ਹੈ। ਸਭ ਤੋਂ ਪਹਿਲਾਂ ਅੰਧੇਰਾ ਹੋਵੇ। ਕਈ ਵਾਰੀ ਨਾ ਆਪਾਂ ਆਮ ਦੇਖਦੇ ਹਾਂ ਵੀ ਜਦੋਂ ਨੀਂਦ ਆਈ ਹੈ ਵੀ ਮੈਨੂੰ ਸੌਣ ਦੇ ਲਾਈਟ ਆਫ ਕਰ ਦਿਓ, ਅੰਧੇਰਾ ਚਾਹੀਦਾ। ਨੀਂਦ ਛੇਤੀ ਆਉਂਦੀ ਹੈ ਅੰਧੇਰੇ ਵਿੱਚ, ਗੂੜੀ ਆਉਂਦੀ ਹੈ ਅੰਧੇਰੇ ਵਿੱਚ, ਅਤੇ ਅੰਧੇਰਾ ਵੀ ਇੱਕ ਤਰ੍ਹਾਂ ਦਾ ਨਹੀਂ, ਇੱਕ ਤਾਂ ਲਾਈਟ ਆਫ ਕਰਨ ਨਾਲ ਆਉਣਾ, ਇੱਕ ਅਗਿਆਨਤਾ ਵੀ ਸਤਿਗੁਰੂ ਨੇ ਬਣ ਬਿਨ ਸ਼ਬਦ ਅੰਤਰ ਅੰਧੇਰਾ, ਅਗਿਆਨ ਅੰਧੇਰੇ ਸੂਝਸ ਨਾਹੀਂ, ਬਹੁੜ ਬਹੁੜ ਬਰਮਾਤਾ, ਉਹ ਵੀ ਅੰਧੇਰਾ ਹੈ, ਉਹ ਦਿਨੇ ਵੀ ਆ ਜਾਂਦਾ।
ਇਹ ਤਾਂ ਸਿਰਫ ਰਾਤ ਨੂੰ ਹਨੇਰਾ ਆਉਂਦਾ ਨਾ, ਉਹ ਦਿਨੇ ਵੀ ਆ ਜਾਂਦਾ ਜਿਹੜਾ ਅਗਿਆਨਤਾ ਦਾ ਹਨੇਰਾ। ਪਰ ਇੱਕ ਖਿਆਲ ਕਰਿਓ, ਇਹਨਾਂ ਤਿੰਨਾਂ ਦਾ ਰਿਸ਼ਤਾ ਨਹੀਂ ਤੋੜ ਸਕਦੇ। ਜਿਵੇਂ ਉਹ ਰਾਤ ਦੇ ਅੰਧੇਰੇ ਵਿੱਚ ਨੀਂਦ ਆਉਂਦੀ ਹੈ ਅਤੇ ਸੁਪਨਾ ਆਉਂਦਾ ਹੈ ਨਾ, ਇਸੇ ਤਰ੍ਹਾਂ ਦਿਨ ਦੇ ਚਾਨਣ ਵਿੱਚ ਵੀ ਜਦੋਂ ਨੀਂਦ ਆਉਂਦੀ ਹੈ ਤਾਂ ਸੁਪਨਾ ਸ਼ੁਰੂ ਹੋ ਜਾਂਦਾ ਹੈ। ਇਹ ਅਗਿਆਨਤਾ ਦੇ ਹੈ, ਪਰ ਸੁਪਨਾ ਸ਼ੁਰੂ ਹੁੰਦਾ ਹਮੇਸ਼ਾ ਅਗਿਆਨਤਾ ਵਿੱਚ ਹੈ। ਇਸੇ ਦਾ ਜ਼ਿਕਰ ਅੱਜ ਦੇ ਸ਼ਬਦ ਵਿੱਚ ਹੈ। ਗੁਰੂ ਕਹਿੰਦੇ ਨੇ ਬਾਬਰ ਸੋਏ ਰਹੇ, ਗੱਲ ਤਾਂ ਸੌਣ ਤੋਂ ਸ਼ੁਰੂ ਹੋਈ, ਜੇ ਸੁਣਦਾ ਹੀ ਸੌਂਦਾ ਹੀ ਨਾ, ਜੇ ਨੀਂਦ ਹੀ ਨਾ ਆਉਂਦੀ ਸੁਪਨਾ ਕਿੱਥੋਂ ਆਉਂਦਾ? ਸੁਪਨੇ ਦਾ ਰਿਸ਼ਤਾ ਨੀਂਦ ਨਾਲ, ਜਾਗਦੀ ਨੀਂਦ ਨਾਲ ਵੀ, ਸੁੱਤੇ ਦੀ ਨੀਂਦ ਨਾਲ ਵੀ, ਦਿਨ ਦੀ ਨੀਂਦ ਨਾਲ ਵੀ, ਰਾਤ ਦੀ ਨੀਂਦ ਨਾਲ ਵੀ। ਰਾਤ ਨੂੰ ਉਹ ਅੰਧੇਰਾ ਆਉਣਾ ਜਿਹੜਾ ਸਾਰਿਆਂ ਵਾਸਤੇ, ਦਿਨ ਨੂੰ ਉਹ ਅੰਧੇਰਾ ਆਉਣਾ ਜਿਹੜਾ ਤੇਰਾ ਪਰਸਨਲ ਹੈ। ਹੋ ਸਕਦਾ ਤੇਰੇ ਪੁੱਤਰ ਨੂੰ ਉਹ ਅੰਧੇਰਾ ਨਾ ਹੋਵੇ, ਤੇਰੇ ਪੰਜਾਬ ਭਰਾ ਨੂੰ ਉਹ ਅੰਧੇਰਾ ਨਾ ਹੋਵੇ। ਉਹ ਅੰਧੇਰਾ ਐਸਾ ਵੀ ਹੋ ਸਕਦਾ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਨਾ ਹੋਵੇ, ਪ੍ਰਿਥੀ ਚੰਦ ਨੂੰ ਹੋਵੇ। ਉਹ ਅੰਧੇਰਾ ਵੱਖਰਾ ਵੱਖਰਾ। ਪਰ ਇੱਕ ਖਿਆਲ ਕਰੀ, ਸੁਪਨੇ ਹਮੇਸ਼ਾ ਨੀਂਦ ਵਿੱਚ ਆਉਂਦੇ ਨੇ। ਸੁਪਨਾ ਆਇਆ, ਨੀਂਦ ਆਈ, ਅੰਧੇਰਾ ਆਇਆ, ਪ੍ਰਿਥੀ ਚੰਦ ਨੂੰ ਇੱਕ ਸੁਪਨਾ ਲੈ ਲਿਆ, ਮੈਂ ਵੀ ਗੁਰੂ ਬਣ ਬੈਠਾ। ਜੇ ਚਾਨਣ ਹੋ ਜਾਂਦਾ ਸੁਪਨਾ ਨਾ ਆਉਂਦਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਉਸ ਚਾਨਣ ਨਾਲ ਟੁੱਟ ਗਿਆ, ਲਾਈਟ ਆਫ ਹੋ ਗਈ, ਅੰਧੇਰਾ ਹੋ ਗਿਆ। ਹੁਣ ਕਿਹੜੀ ਅਜੀਬ ਗੱਲ ਹੈ, ਪ੍ਰਿਥੀ ਚੰਦ ਉਸੇ ਹੀ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹੈ, ਪਰ ਇੱਕ ਪੁੱਤਰ ਦੇ ਕੋਲ ਚਾਨਣ ਹੈ, ਇੱਕ ਪੁੱਤਰ ਕੋਲ ਅੰਧੇਰਾ ਹੈ। ਉਹ ਸੁਪਨੇ ਪਿਆ ਲੈਂਦਾ ਹੈ, ਉਹ ਸਾਕਾਰ ਬੈਠਾ ਹੈ ਗੁਰੂ ਬਣ ਕੇ। ਸਾਕਾਰ ਅਤੇ ਸੁਪਨੇ ਵਿੱਚ ਇਹੋ ਹੀ ਅੰਤਰ ਹੈ ਨਾ। ਆਪਾਂ ਕਹਿੰਦੇ ਹਾਂ ਸੁਪਨਾ ਸਾਕਾਰ ਹੋ ਗਿਆ, ਪ੍ਰਿਥੀ ਚੰਦ ਸੁਪਨੇ ਲੈ ਰਿਹਾ, ਗੁਰੂ ਅਰਜਨ ਸਾਕਾਰ ਬੈਠੇ ਨੇ। ਜਿਹੜੀ ਗੱਲ ਦੇ ਉਹ ਸੁਪਨੇ ਪੈ ਲੈਂਦਾ। ਇਸ ਲਈ ਇੱਕ ਗੱਲ ਸਮਝਣੀ ਹੈ ਕਿ ਸੁਪਨੇ ਦਾ ਸੰਬੰਧ ਕਿਸ ਚੀਜ਼ ਨਾਲ ਹੈ। ਤਿੰਨਾਂ ਦਾ ਆਪਸ ਵਿੱਚ ਰਿਸ਼ਤਾ ਹੈ। ਪਹਿਲਾਂ ਅੰਧੇਰਾ ਅਤੇ ਉਸ ਤੋਂ ਬਾਅਦ ਨੀਂਦ, ਨੀਂਦ ਅਤੇ ਨੀਂਦ ਤੋਂ ਬਾਅਦ ਸੁਪਨਾ। ਤਿੰਨ ਚੀਜ਼ਾਂ ਆਪਸ ਵਿੱਚ ਜੁੜ ਗਈਆਂ। ਜਿੱਥੇ ਅੰਧੇਰਾ ਨਾ ਹੋਵੇ ਉੱਥੇ ਨੀਂਦ ਕੋਈ ਨਹੀਂ, ਜਿੱਥੇ ਨੀਂਦ ਨਾ ਹੋਵੇ ਉੱਥੇ ਸੁਪਨਾ ਕੋਈ ਨਹੀਂ। ਗੁਰੂ ਨੇ ਬਾਣੀ ਵਿੱਚ ਕਿਉਂ ਆਵਾਜ਼ ਦਿੱਤੀ ਇੱਕ ਐਸੇ ਜੀਵ ਆਤਮਾ ਨੂੰ ਜਿਹਦੇ ਲਈ ਅੰਧੇਰਾ ਨਹੀਂ ਸੀ, ਨੀਂਦ ਨਹੀਂ ਸੀ? ਉੱਥੇ ਇੱਕ ਸਵਾਲ ਖੜਾ ਕੀਤਾ, ਕਹਿਣ ਲੱਗੇ ਮੋਹ ਮਲ ਨੀਂਦ ਤੇ ਛੁੱਟ ਕੇ, ਕੌਣ ਅਨਗਰੋ ਭਾਉਰੀ? ਦੱਸ ਤੇਰੇ ਤੇ ਕਿਹੜੀ ਰਹਿਮਤ ਹੋਈ, ਕਿਹੜੀ ਰਹਿਮਤ ਹੋਈ ਵੀ ਤੈਨੂੰ ਨੀਂਦ ਹੀ ਨਹੀਂ ਆਈ? ਹੁਣ ਨੀਂਦ ਆਉਂਦੀ ਤਾਂ ਸੁਪਨਾ ਰਹਿੰਦਾ, ਸੁਪਨਾ ਵੀ ਖਤਮ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਥਾਂ ਹੋਰ ਸ਼ਬਦ ਬੜਾ ਮੁਖਾਤਬ ਕਰਕੇ ਕਹਿਣ ਲੱਗੇ, ਸੋਈ ਸੋਈ ਜਾਗੀ। ਕਿਉਂਕਿ ਨੀਂਦ ਇੱਕ ਐਸੀ ਬਦਕਿਸਮਤੀ ਹੈ, ਇਸ ਲਈ ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਨੀਂਦ ਨੂੰ ਅੱਧੀ ਮੌਤ ਆਖਦੇ ਨੇ। ਅਸੀਂ ਕੁਝ ਕਰਨਾ ਨਹੀਂ, ਮਰਨ ਤੋਂ ਬਾਅਦ ਵੀ ਲਾਸ਼ ਪਈ ਹੈ, ਕੁਛ ਕਰ ਨਹੀਂ ਸਕਦੀ। ਅਤੇ ਜਦੋਂ ਨੀਂਦ ਵਿੱਚ ਹੋਵੇ ਮਨੁੱਖ, ਉਦੋਂ ਵੀ ਕੁਛ ਕਰ ਨਹੀਂ ਸਕਦਾ।
मरण तो बाद भी उसनू पता नहीं मेरे तन तो कफन उतार के लै गया कि नहीं। तो नींद विच सुता होया मनुख जिहड़ा घर उजड़ जांदा, घर चोरी हो जांदी है, डर के उहनू भी पता नहीं कौन लै गया, कहिंदा जी मैं तां सुता होया सां, मेरी नींद नहीं खुली, मेरी नींद नहीं खुली। क्योंकि नींद जिहड़ी है वह भी मनुख का ज्ञान खो लैंदे। सतगुरु ने बाणी भी चाखिया कहिंदे ने, जो सुपने निस भुलिया जब लग निंद्रा होए। गुरबाणी कह लगे जिन्नी देर नींद आई होवे ना उन्नी देर तू सुपने ही लै सकना है, ये नहीं जान सकता कि रात किन्नी गुजर गई है। जदों सुपना लै रहे उदों कदे सोच सकदा भी मैं रात दे की टाइम है, जगों जागेगा फिर ही घड़ी देखेगा ना, सुपने च नहीं देख सकते। विचार के खेत्र विच गुरबाणी ने हद कर दी है साढ़े सामने। कहने लगे जो सुपने निस भुली आया, निस कहते रात नू, रात रात भी भुल गई, ये भी चेता ना रहा कि मैं रात नू बिस्तर ते लेटिया होया। जो सुपने निस भुली है जब लग निंद्रा होए, पर ये निशानी है इस गल की कि तू नींद विच है, नींद बहुत है, नींद विच है। ते गुरु साहब ने बाणी विच आख्या कहन लगे नींद भी एक तरह की नहीं, एक गुरबाणी ने आख्या नींद भी एक तरह की नहीं। जागत सोवत बो परकार, गुरबाणी कहंदे जागन ते सौन दे भी बड़े प्रकार ने, बहुत तरह की वरायटी है भी जागना कहो जहा है सौना कहो जहा है, गुरबाणी है कहते हैं। जागत सोवत बो परकार जी, फिर किवें जागा, कई तरह का जागना है तो फिर दसो। कहन लगे गुरमुख जागे सोई सार, सार का मतलब श्रेष्ठ, दुनिया भी जागती है, संसार दे लोग निरे सौंदे नहीं जागते भी ने, बल्कि रात नूं सौण तों पहलां कल दे जागण दा प्रोग्राम बना के सौंदे ने, असीं सवेरे उठ के आ करांगे वो करांगे। पर गुरमुख जागदा है ते संसार दे लोग जागदे ने, उन्हां दे जागण ते इस दे जागण विच की फर्क। तुसीं कदे देखो इत्थे जे जॉब जाणा हुंदा सवेरे 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 उठदे हां किन्नी काहली हुंदी है, आखिर जागदे ने तां ही जांदे ने। सतगुरु कहिंदे ने बड़ा बड़ा बड़े प्रकार ने, बल्कि एक थां ते एक लिस्ट दिखाई ने उन्हां प्रकारां दी। ते सतगुरु कहिंदे ने नैनो नींद, नैनो नींद पर दृष्ट विकार, सरवण सोए नैणां दी नींद हो रही, कन्नां दी सरवणां दी नींद हो रही। जागत सोवत बहुत प्रकार, गुरु कहन लगे सरवण सोए सुन नींद विचार, रसना सोए लोभ मीठे साध, मन सोया बकरे बकरे प्रकार, मन सोया माया बिस्मार, सॉरी सौ गए
इस ग्रह में, इस ग्रह में कोई जागत रहे, कोई जागत रहे, फरीदा नैन निंद्रावल जिन्ना नैन निंद्रावल रात कथूरी वंडी है, रात कथूरी वंडी है, सुतिया मिले ना भाव। सुते नु किवे मिल जाएगा हिस्सा? हाँ, ये तो गुरु की रहमत एहसान है, वो के सुतिया नु आवाजा दे रहा है, भले ओ जागो। कुआओ कहंदे ने बोलन नु आवाज दे, फरीदा रात कथूरी वंडी है, सुतिया मिले नवाब जिन्ना नैन निंद्रावले तिन्ना मिलन कुआ। जिन्ना दी अखां विच नींद सी ओनू गुरु आवाज दिंदा है, वो भलिया जाग। देख इस ग्रह में कोई जागत रहे, इस ग्रह में कोई जागत रहे, सब तो वस्त वो अपनी लहे, सगुन सहेली अपने रसमाती। गुरु आवाज दिंदा रहा, मनु इस तन दी, इस मन दियां जिन्नियां सहेलियां भाव इंद्रियां सन, ज्ञान इंद्रे कर्म इंद्रे सब अपने अपने थावे सुते पे सन। सगल सहेली अपने रसवाती, ग्रह अपने की खबर न जाती। नींद विच किवें पता लगे कौन अपना है कौन बिगाना है? घर विच डाकू आए ने, चोर ने, घर लुटिया जा रहा, किवें पता लगे? नींद विच है। इसका मतलब यह है कि सुपने तो पहला नींद बारे सोचना भी बहुत जरूरी है। रात सी विचार सुपने दे, ते मेरे ते मन सी भी इंदी पहले जिथे जड़ा है उन्होंने भी विचार ली है, वो है नींद। गुरु कहते सगल सहेली अपने रसमाती, ग्रह अपने की खबर नवाती, मूसन हार पंच बटवारे, इस देही में पंच चोर वसे, ग्रह अपने की खबर नवाती, इस ग्रह में पंच चोर वसे, काम क्रोध लोभ मोह अहंकारा। ਕਿਸੇ ਨੂੰ ਵਿਚਾਰਾ ਵੀ ਇਹਨਾਂ ਕੰਮ ਪੰਜਾਂ ਦੇ ਵੱਖਰੇ ਵੱਖਰੇ ਟਿਕਾਣੇ ਕਿਵੇਂ ਨੇ, ਇਹ ਆਪਣਾ ਆਪਣਾ ਕੰਮ ਕਿਵੇਂ ਕਰ। ਚੋਰਾਂ ਦਾ ਵੀ ਗ੍ਰਹਿ ਹੁੰਦਾ ਹੈ ਨਾ, ਕਿਸੇ ਨੂੰ ਤਾਲਾ ਖੋਲਣਾ ਹੁੰਦਾ ਹੈ, ਕਿਸੇ ਨੂੰ ਸੰਨ ਲਾਉਣੀ ਆਉਂਦੀ ਹੈ, ਵੱਖਰੇ ਵੱਖਰੇ ਕੰਮ ਨੇ। ਇਸੇ ਤਰ੍ਹਾਂ ਇਹ ਵੀ ਪੰਜ ਗ੍ਰਹਿ ਨੇ, ਇਕੱਠੇ ਕਿਉਂ ਰਹਿੰਦੇ ਨੇ? ਕਿਉਂਕਿ ਇਹਨਾਂ ਦੇ ਕੰਮ ਵੱਖਰੇ ਵੱਖਰੇ ਨੇ। ਇਹ ਆਪਾਂ ਕਿਸੇ ਦਿਨ ਫਿਰ ਵਿਚਾਰਿਆ। ਮੂਸਨ ਹਾਰ ਪੰਜ ਬਟਵਾਰੇ, ਮੂਸਨ ਹਾਰ ਪੰਜ ਬਟਵਾਰੇ, ਸੁਨੇ ਨਗਰ ਅਵੀ ਦੇਖਣਾ ਹੈ। ਮਨੁੱਖ ਲੁੱਟਿਆ ਕਦੋਂ ਜਾਂਦਾ?
ਜਦੋਂ ਘਰ ਨਗਰ ਗਲੀ ਸੁੰਨੀ ਹੋਵੇ ਤੇ ਸੁੰਨੀ ਕਦੋਂ ਹੁੰਦੀ ਹੈ ਜਦੋਂ ਸਾਰੇ ਸੁੱਤੇ ਪਏ ਹੋਣ ਨੀਂਦ ਦਾ ਫਿਰ ਸੰਬੰਧ ਹੈ ਜਦੋਂ ਸਾਰੇ ਸੁੱਤੇ ਪਏ ਹੋਣ ਤੇ ਗਲੀ ਤਾਂ ਸੁੰਨੀ ਹੋਣੀ ਹੈ ਤੇ ਜਦੋਂ ਗਲੀ ਸੁੰਨੀ ਹੋਵੇ ਘਰ ਦੇ ਮਾਲਕ ਵੀ ਸੁੱਤੇ ਹੋਣ ਗੁਆਂਢੀ ਵੀ ਸੁੱਤੇ ਹੋਣ ਤੇ ਚੋਰਾਂ ਨੂੰ ਚਾਂਸ ਮਿਲ ਜਾਂਦਾ ਗੁਰੂ ਕਹਿੰਦੇ ਨੇ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੂਝੈ ਜਿਨ੍ਹਾਂ ਨੈਣ ਨਿੰਦਰਾਵਲੇ ਮਨ ਮੁਖ ਨਹੀਂ ਬੂਝੈ ਸੁਨਹਾਰ ਪੰਚ ਬਟਵਾਰੇ ਪੰਚ ਬਟਵਾਰੇ ਸੁਨੇ ਨਗਰ ਸੁਨੇ ਨਗਰ ਪਰੇ ਠਗਹਾਰੇ ਫਿਰ ਕਹਿਣ ਲੱਗੇ ਇੱਕ ਗੱਲ ਹੋਰ ਵਿਸ਼ਵਾਸ ਵਿੱਚ ਕਰੀ ਤੇਰੀ ਇਹਨਾਂ ਕੋਲੋਂ ਬਚਾਓ ਦਾ ਸਾਧਨ ਕਿਸੇ ਗੁਆਂਢੀ ਕੋਲ ਨਹੀਂ ਤੇਰੇ ਪੁੱਤਰ ਕੋਲ ਵੀ ਨਹੀਂ ਤੇਰੇ ਭਰਾ ਕੋਲ ਵੀ ਨਹੀਂ ਤੇਰੇ ਮਾਤਾ ਪਿਤਾ ਜਿਸਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਹਮਲਾ ਕਰ ਦਿੱਤਾ ਉੱਥੇ ਭਰਾ ਨਹੀਂ ਬਚਾ ਸਕਦਾ ਸਤਿਗੁਰੂ ਕਹਿੰਦੇ ਨੇ ਸੁਨੇ ਨਗਰ ਪਰ ਠੱਗ ਹਾਰੇ ਉਨਤੇ ਰਾਖੇ ਬਾਪ ਨਾ ਮਾਈ ਉਨਾਂ ਤੋਂ ਨਹੀਂ ਰੱਖ ਸਕਦਾ ਉਨਤੇ ਰਾਖੇ ਬਾਪ ਨਾ ਮਾਈ ਉਨਤੇ ਰਾਖੇ ਮੀਤ ਨਾ ਭਾਈ ਉਨਾਂ ਤੋਂ ਨਾ ਕੋਈ ਮਿੱਤਰ ਮਦਦਗਾਰ ਹੋ ਸਕਦਾ ਬਚਾਉਣ ਲਈ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਕਿਵੇਂ ਬਚਾਉਣਾ ਇਹ ਤੈਨੂੰ ਆਪ ਨਹੀਂ ਜਾਗਣਾ ਪੈਣਾ ਇਹ ਸੁਪਨੇ ਤੱਕ ਸੀਮਤ ਨਹੀਂ ਸੁਪਨੇ ਤੋਂ ਪਹਿਲਾਂ ਵੀ ਕੁਝ ਹੈ ਉਹ ਹੈ ਨੀਂਦ ਜਿਹਦੇ ਵਿੱਚ ਸੁੱਤਾ ਹੋਇਆ ਉੱਥੇ ਕੋਈ ਹੋਰ ਵੀ ਹਮਲਾਵਰ ਹੈ ਹਮਲਾਵਰ ਐਸਾ ਹੈ ਜਿਹਦੇ ਕੋਲੋਂ ਕੋਈ ਸਹਾਇਤਾ ਨਹੀਂ ਕਰ ਸਕਦਾ ਤੇਰੀ ਉਹਨੂੰ ਤੇ ਰੱਖੇ ਮੀਤ ਨਿਭਾਈ ਕੋਈ ਸਹਾਇਤਾ ਨਹੀਂ ਕਰ ਸਕਦਾ ਲਓ ਹੁਣ ਮੈਂ ਅੱਗੇ ਵੀ ਇੱਕ ਵਾਰ ਕੀਤੀ ਸੀ ਗੁਰੂ ਜਿੱਥੇ ਖਤਰੇ ਦੀ ਚੇਤਾਵਨੀ ਦਿੰਦਾ ਹੈ ਨਾ ਉੱਥੇ ਸਾਧਨ ਵੀ ਦਿੰਦਾ ਹੈ ਨਿਰਾਸ਼ ਨਹੀਂ ਕਰਦਾ ਨਿਰਾਸ਼ ਨਹੀਂ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਮਤ ਸਮਝੋ ਕਿ ਜੇ ਚੇਤਾਵਨੀ ਆ ਗਈ ਹੈ ਜੀਉ ਤਪਤ ਹੈ ਬਾਰੋ ਵਾਰ ਤਪਤ ਤਪ ਖਪੇ ਬਹੁਤ ਬੇਕਾਰ ਤਪਤ ਦਾ ਗੱਲ ਕੀਤੀ ਹੈ ਤਾਂ ਨਾਲ ਕਹਿ ਵੀ ਦਿੱਤਾ ਹੈ ਜੈ ਤਨ ਬਾਣੀ ਵੀ ਸਰਜਾ ਇਹ ਤਪਤ ਕਿਹੜੀ ਚੀਜ਼ ਦੀ ਹੈ ਜੇ ਘਰ ਲੁੱਟੇ ਜਾਣ ਦੀ ਸੁਨੇ ਨਗਰ ਦੀ ਗੱਲ ਕੀਤੀ ਹੈ ਜੇ ਸੁਪਨੇ ਵਿੱਚ ਬਰਬਾਦ ਹੋਣ ਦੀ ਗੱਲ ਕੀਤੀ ਹੈ ਤੇ ਨਾਲ ਇਹ ਵੀ ਆਖਿਆ ਇਹਦੇ ਕੋਲੋਂ ਬਚਣਾ ਕਿਵੇਂ ਹੈ ਸੁਨੇ ਨਗਰ ਦੀ ਗੱਲ ਕਰਨ ਤੋਂ ਬਾਅਦ ਕਿਉਂਕਿ ਤੂੰ ਨੀਂਦ ਵਿੱਚ ਹੈ ਹਰ ਕੋਈ ਸੁੱਤਾ ਹੋਇਆ ਹੈ ਮੈਂ ਦੇਖ ਕੀ ਰਿਹਾ ਸਗਲ ਸਹੇਲੀ ਆਪਣੇ ਰਸ ਮਾਤੀ ਹਰ ਕੋਈ ਸੁੱਤਾ ਹੋਇਆ ਹੈ ਤੇਰਾ ਕੋਈ ਮਦਦਗਾਰ ਵੀ ਨਹੀਂ ਤੇਰੇ ਅੰਦਰ ਕੰਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਡਾਕੂ ਚੋਰ ਗ੍ਰਹਿ ਪੂਰਾ ਆ ਗਿਆ ਕੀ ਕਰੇਗਾ ਤੇਰੇ ਜਾਗਣ ਦੀ ਲੋੜ ਹੈ ਤੂੰ ਆਪਣੀ ਰਾਖੀ ਆਪ ਜਾਗ ਕੇ ਕਰ ਸਕਣਾ ਕਿਸੇ ਤੇ ਭਰੋਸਾ ਨਹੀਂ ਕਰ ਸਕਣਾ ਜਾਗ ਬਾਬਰ ਸੋਏ ਰਹੇ ਸੁੱਤਾ ਹੋਇਆ ਜਾਗ ਲੋ ਇੱਥੇ ਵੀ ਇੱਕ ਸ਼ਬਦ ਬੜਾ ਖੂਬਸੂਰਤ ਸਤਿਗੁਰੂ ਦੇ ਬਾਣੀ ਵਿੱਚ ਆ ਗਿਆ
ਤੇ ਕਹਿੰਦੇ ਨੇ ਮੈਂ ਪੁੱਛਣਾ ਸਵਾਲ ਕਰਨਾ ਸੋਈ ਸੋਈ ਜਾਗੀ ਜਿਹੜਾ ਜਾਗ ਪਿਆ ਉਹਨੇ ਤੇ ਆਵਾਜ਼ ਦੇਣੀ ਹੈ ਘਰ ਦੀ ਰਾਖੀ ਵੀ ਹੋ ਜਾਣੀ ਹੈ ਲੁੱਟਿਆ ਤੇ ਉਸੇ ਨੇ ਜਾਣਾ ਜਿਹਨੇ ਜਾਗਣਾ ਨਹੀਂ ਪਰ ਇੱਥੇ ਇੱਕ ਸਵਾਲ ਖੜਾ ਹੋ ਗਿਆ ਸੋਈ ਸੋਈ ਜਾਗੀ ਜਿੱਤ ਲਾਈ ਤਿੱਤ ਲਾਗੀ ਚੇਰੀ ਇੱਥੇ ਸਵਾਲ ਹੈ ਇਸੇ ਕਹਾਣ ਵਾਲਿਆ ਹੇ ਗੁਰੂ ਦੇ ਸਿੱਖ ਅਖਵਾਣ ਵਾਲਿਆ ਮੈਂ ਤੇਰੇ ਕੋਲੋਂ ਪੁੱਛਣਾ ਤੂੰ ਸੁੱਤਾ ਕਿਵੇਂ ਜਾਗ ਪਿਆ ਦੁਨੀਆਂ ਸੁੱਤੀ ਹੈ ਹਰ ਪਾਸੇ ਲੋਕ ਸੁੱਤੇ ਨੇ ਤੈਨੂੰ ਕਿਵੇਂ ਜਾਗ ਆ ਗਈ ਨਿਸ਼ਾਨੀ ਦੇ ਦਾ ਹਰ ਪਾਸੇ ਦੁਨੀਆਂ ਸੁੱਤੀ ਹੋਈ ਹੈ ਪਰ ਇੱਕ ਖਿਆਲ ਕਰਿਓ ਗੁਰੂ ਨੇ ਬਾਣੀ ਵਿੱਚ ਇੱਕ ਲਫ਼ਜ਼ ਕਹਿ ਨੇ ਕਹਿਣ ਲੱਗੇ ਸੋ ਜਾਗੇ ਜਗਾਏ ਸੋਈ ਕੋਈ ਜਾਗਦਾ ਹੋਵੇ ਤੇ ਉਹ ਹੀ ਕਿਸੇ ਨੂੰ ਆਵਾਜ਼ ਦੇ ਕੇ ਜਗਾ ਸਕਦਾ ਨਾ ਜੇ ਸਾਰੇ ਹੀ ਸੁੱਤੇ ਹੋਣ ਤੇ ਕੌਣ ਕਿਸੇ ਨੂੰ ਜਗਾਵੇ ਕਹਿਣ ਲੱਗੇ ਮੈਂ ਦੇਖਣਾ ਸਗਲ ਸਹੇਲੀ ਆਪਣੇ ਰਸਮਾਂ ਤੇ ਹਰ ਕੋਈ ਸੁੱਤਾ ਪਿਆ ਸਭ ਮਦ ਮਾਤੇ ਕੋਉ ਨਾ ਜੋਗ ਜਾਗ ਸਾਰੇ ਨਿਰਾ ਇਹ ਨਹੀਂ ਆਮ ਨੀਂਦ ਸੁੱਤੇ ਹੋਏ ਨੇ ਮਦ ਮਾਤੇ ਸ਼ਰਾਬ ਦੇ ਨਸ਼ੇ ਵਿੱਚ ਮਦ ਕਹਿੰਦੇ ਨੇ ਸ਼ਰਾਬ ਨਸ਼ੇ ਨੂੰ ਮਾਇਆ ਮੋਹ ਦਾ ਇੱਕ ਨਸ਼ਾ ਹੈ ਦੌਲਤ ਦਾ ਇੱਕ ਨਸ਼ਾ ਹੈ ਸਰੀਰਕ ਬਲ ਦਾ ਇੱਕ ਨਸ਼ਾ ਹੈ ਕੁਰਸੀ ਦਾ ਚੇਅਰ ਦਾ ਆਪਣੀ ਪਦਵੀ ਦਾ ਇੱਕ ਨਸ਼ਾ ਹੈ ਮੈਂ ਦੇਖ ਰਿਹਾ ਗੁਰੂ ਕਹਿੰਦੇ ਨੇ ਮੈਂ ਚਾਰ ਚਫੇਰੇ ਦੇਖ ਰਿਹਾ ਸਭ ਮਦ ਮਾਤੇ ਸਾਰੇ ਨਸ਼ੇ ਵਿੱਚ ਸੁੱਤੇ ਹੋਏ ਨੇ ਸਭ ਮਦ ਮਾਤੇ ਕੋਉ ਨਾ ਜਾਗ ਕੋਈ ਵੀ ਨਹੀਂ ਜਾਗਦਾ ਸੰਗ ਹੀ ਚੋਰ ਘਰ ਮੂਸਣ ਲਾਗ ਪਰ ਮੁਸ਼ਕਲ ਇਹ ਬਣ ਗਈ ਕੋਈ ਜਾਗਦਾ ਹੋਵੇ ਤਾਂ ਹੀ ਦੂਜੇ ਨੂੰ ਜਗਾਏ ਲਓ ਇੱਥੇ ਸਾਡਾ ਮਸਲਾ ਹੱਲ ਹੁੰਦਾ ਹੈ ਕਹਿੰਦੇ ਨੇ ਕਿਸੇ ਜਾਗਦੇ ਦੀ ਪਛਾਣ ਕਰ ਜਿਹੜਾ ਜਾਗਦਾ ਹੈ ਉਹ ਹੀ ਪਹਿਰੇਦਾਰ ਹੋ ਸਕਦਾ ਹੈ ਨਾ ਜੇ ਪਹਿਰੇਦਾਰ ਹੀ ਸੌਂ ਜਾਏ ਸੁੱਤਾ ਹੋਇਆ ਹੋਵੇ ਤੇ ਘਰ ਦੀ ਰਾਖੀ ਕੌਣ ਕਰੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਜਿਹੜਾ ਜਾਗਦਾ ਹੈ ਉਹ ਹੀ ਜਗਾਉਂਦਾ ਸੋ ਜਾਗੇ ਜਗਾਏ ਸੋਈ ਹੁਣ ਤੂੰ ਵੇਖ ਜਾਗਦਾ ਕੌਣ ਹੈ ਉਹ ਵੀ ਗੁਰੂ ਕੋਲੋਂ ਪੁੱਛ ਲੈ ਗੁਰਬਾਣੀ ਆਖ ਰਹੀ ਹੈ ਇੱਕੋ ਸਤਿਗੁਰ ਜਾਗਦਾ ਇੱਕੋ ਸਤਿਗੁਰ ਜਾਗਦਾ ਹੋਰ ਜਗ ਸੁਤਾ ਮੋ ਪਿਆਸ ਇੱਕੋ ਸਤਿਗੁਰ ਜਾਗਦਾ ਹੋਰ ਜਗ ਸੁਤਾ ਮੋ ਪਿਆਸ ਸਤਿਗੁਰ ਸੇਵਨ ਜਗਨ ਸੈ ਜਾਗਦੇ ਵੀ ਉਹ ਨੇ ਜਿਨ੍ਹਾਂ ਨੂੰ ਗੁਰੂ ਜਗਾਏ ਕਿਉਂਕਿ ਉਹ ਆਪ ਜਾਗਦਾ ਹੈ ਇਹੋ ਹੀ ਸਵਾਲ ਇਸ ਵਿੱਚ ਆਇਆ ਹੈ ਸੋਈ ਸੋਈ ਜਾਗੀ ਹੈ ਤੂੰ ਜਾਗ ਪਿਆ ਜਿੱਤ ਲਾਈ ਤਿੱਤ ਲਾਗੀ ਤੂੰ ਉਸ ਤਰ੍ਹਾਂ ਸੁਚੇਤ ਹੋ ਗਿਆ ਆਪਣੇ ਘਰ ਦੀ ਰਾਖੀ ਲਈ ਚੇਰੀ ਤੇ ਸੁਮਤ ਕਹਾਂ ਤੇ ਪਾਈ ਕਿਹੜਾ ਖੂਬਸੂਰਤ ਜਵਾਬ ਹੈ
कोई पढ़ता नहीं वो सिखा तेनू ये समत कितों आई कि तू जाग पिया है चेरी कहते ने चेले सिख चेरी ते समत कहां ते पाई जाते भरम की लीक मिटाई ये भरमां दा जिहड़ा अंधेरा सी तू खत्म कर लिया जाग पिया तेरे लिए दिन चढ़ गया है सोए रही प्रभ खबर न जानी भोर भया बहुर पछताने भोर भया दिन चढ़न की लोड़ है तेरे लिए दिन किन्ने चढ़ाया तेरी रात किवें खत्म होई सुपने विच तां रात पता ही नहीं लगता कदों पई ते कदों खत्म हो गई कहन लगे सोई सोई जागी जितलाई तितलागी चेरी तैं सुमत कहां ते पाई जाते भरम की लीक मिटाई लोहन अगली तुकंदर जवाब है कहंदे ने सो रस कबीरे जानिया सो रस कबीरे जानिया मेरो गुरु प्रसाद मन मानिया आ जवाब से गुरु दी रहमत गुरु प्रसाद मन मानिया ते गुरु प्रसाद जेड़ा है गुरु दी रहमत कित्थों मिलदी है सतगुरु ने बाणी विच आख्या कहन लगे कि मैनू ए जागृति साध संगत विच आई साध संगत विच आई साध संग मिटे परम अंधारे साध संगत विच जाके मेरे परमां दा अंधेरा मिट गया जाग पिया अंधेरा मिट जाए जागृति आ जाती दिन क्यों जागन लई है रात सौन लई है रात दा अंधेरा तुहाडे सौन विच नींद विच मदद करदा है दिन दा चानन जागन विच मदद करदा गुरबाणी इस जग में चानन जिहड़ी जागन विच मदद कर सकदी साध संग मिटाए भरम अंधेरा जिहड़ा जागन विच मदद कर सकदा है बड़ा स्पष्ट गुरबाणी अंदर हर सब्जेक्ट बड़ा स्पष्ट सोई सोई जागी जित लाई तित लाई साध संग मिटे भरम अंधारे मेरो गुर प्रसाद मन मानिया ते उसे ही गुरु ने एक आवाज दिती सुते नु जगान ले ओ आवाज सानू भी अज मिल रही है ये हुण आपा हिरदे विच सोचना है कदों जगना है अज दी एक आवाज है बावल सोए रहे बावल सोए रहे मुकुटम्ब बिखे रस माते मुकुटम्ब बिखे रस माते मिथिया गहने गए मिथिया गहने गए बावरे ख्याल करियो अंधेरे तो
सुपने दा पंध शुरू हुंदा है, अंधेरा पैंदा, नींद आउणी शुरू हो जांदी है। नींद आउंदी है तां ही सुपना हुंदा है, भावें ओ नींद आ दिन दे चानण तों बाद आवे ते भावें ओ नींद अग्ञानता दे अंधेरे विच आवे, सुपने उस तों बाद शुरू हुंदे ने। ते सुपनियां दी वंड भी ओ है, एक सुपना ओ जिंदे विच तेरा करम कोई नहीं, तेरे वास नहीं ओ आउणा ही आउणा, एक सुपना ओ जिहड़ा तू सिरज सकना है अपनी मर्जी नाल, पर ओ सिरजिया होया सुपना जिहड़े करम निश्चित करेगा, तू ओ काम करके ही उस सुपने नू साकार कर सकना है। इन्हां शब्दां नाल खिमा दा कह चुका, फतेह बुलाओ, वाहेगुरु जी का खालसा, वाहेगुरु जी की फतेह। Thank you.